ਮੈਂ ਕਹੀ ਵੀ ਜਾਂਦਾ ਯਾਰ ਤੂੰ ਚੱਲ ਛੱਡ ਨਾ ਰੌਲਾ ਪਾ ਲਾਗੇ ਆਂਢੀ ਗੁਆਂਢੀ ਵੇਖਦੇ ਆ। ਮੈਂ ਕਿਉਂਕਿ ਤੁਹਾਨੂੰ ਪਤਾ ਹੀ ਆ ਲੜਾਈ ਹੋ ਗਈ ਸੀ, ਸੋ ਰਾਤ ਇੱਥੇ ਪੈ ਗਿਆ ਸੀ। ਪਹਿਲਾਂ ਬੈਂਚ 'ਤੇ ਪਿਆ ਸੀ, ਫਿਰ ਉੱਧਰੋਂ ਥਾਲ ਦਿੱਤਾ ਜਿੱਦਾਂ। ਸ਼ੁਕਰ ਆ ਰੱਬਾ, ਅਗਲਾ ਦਿਨ ਚੜ੍ਹਿਆ ਪਾਰਕ ਦੇ ਵਿੱਚ, ਮੱਛਰ ਬਹੁਤ ਲੜਿਆ, ਭੁੱਖ ਨਿਭਾਣੇ ਠੀਕ ਆ, ਬੁਰੇ ਹਾਲ, ਨਾ ਪੱਖਾ ਪੀਣ ਲਈ ਪਾਣੀ ਨਾ ਧਾਣੀ, ਕਿਉਂਕਿ ਬੈਂਚਾਂ ਦੇ ਉੱਤੇ ਸੌਂ ਸੌਂ ਕੇ ਰਾਤਾਂ ਕੱਟੀਆਂ, ਕਦੀ ਗਾਰਡ ਨੇ ਠਾਲ ਦੇਣਾ, ਕਦੀ ਪਾਰਕ 'ਚ ਜਾਣਾ, ਪਰ ਰੁਪਿੰਦਰ ਦੇ ਨਾਲ ਮੇਰੀ ਗੱਲ ਨਹੀਂ ਸੀ ਹੋਈ। ਹੁਣ ਮੈਂ ਕਿਹਾ ਚੱਲ ਮੈਂ ਕੈਮਰੇ ਚੈੱਕ ਕਰਦਾ ਕਿ ਉਹ ਠੀਕ ਠਾਕ ਹੋਵੇ। ਸੋ ਲਓ ਵੀ ਦੋਸਤੋ, ਹਨੇਰਾ ਹੋਇਆ ਹੋਇਆ ਠੀਕ ਹੈ, ਮੈਂ ਜਗ੍ਹਾ ਲੱਭਦਾ ਕਿਤੇ ਨਾ ਕਿਤੇ ਪੈਣ ਦੀ। ਤੁਹਾਨੂੰ ਨਾਲ ਮੈਂ ਇੱਕ ਗੱਲ ਕਰਨੀ ਸੀ ਜ਼ਰੂਰੀ ਵੀ ਯਾਰ, ਪਰ ਰਾਤ ਵਧੀਆ ਆ ਪਰ ਰੁਪਿੰਦਰ ਨਾਲ ਨਹੀਂ, ਚੰਗਾ ਨਹੀਂ ਲੱਗਦਾ। ਆਹ ਸੌਣ ਦਾ ਜਗਾੜਾ ਥੱਲੇ ਪਿਆ ਨਾ, ਦੇਖੋ ਬਿਸਤਰੇ ਬੁਸਤਰੇ ਨਾਲ ਹੀ ਬੈਂਚ ਲੱਗਾ ਇੱਧਰ ਵੀ ਆ। ਸੋ ਹਾਂਜੀ ਲਓ ਵੀ ਆਪਾਂ ਬਾਈਕ ਇੱਥੇ ਕਰ ਦਿੱਤੀ ਆਪਣੀ ਖੜੀ ਠੀਕ ਆ, ਅਤੇ ਹੁਣ ਆਪਾਂ ਚੱਲਦੇ ਹਾਂ ਅੰਦਰ। ਮੈਂ ਹੁਣ ਚੱਲਾ ਸੀ, ਹਨੇਰਾ ਹੋਇਆ ਹੋਇਆ ਆ ਠੀਕ ਆ। ਸੋ ਹਾਂਜੀ ਲਓ ਵੀ ਮੈਂ ਹੁਣ ਆ ਗਿਆ ਸੀ ਇੱਥੇ ਰੋਜ਼ ਗਾਰਡਨ, ਹੁਣ ਜਾ ਕੇ ਕਿਤੇ ਬਹਿਨਾ ਆ ਠੀਕ ਆ, ਕਿਤੇ ਟਾਈਮ ਪਾਸ ਕਰਦੇ ਹਾਂ। ਮੇਰਾ ਯਾਰ ਮੂਡ ਬੜਾ ਔਫ ਹੋਇਆ, ਮੈਂ ਬਾਈਕ ਖੜੀ ਕਰ ਦਿੱਤੀ ਆ ਅਤੇ ਹੁਣ ਅੰਦਰ ਚੱਲਦੇ ਹਾਂ। ਹੁਣ ਹੋਰ ਕਿਤੇ ਜੇ ਆਪਾਂ ਜਾਂਦੇ ਹਾਂ, ਤੁਹਾਨੂੰ ਪਤਾ ਹੁਣ ਬਾਹਰ ਵੀ, ਪਹਿਲਾਂ ਮੈਂ ਸੋਚਿਆ ਸੀ ਮੈਂ ਰੇਲਵੇ ਸਟੇਸ਼ਨ 'ਤੇ ਚਲੇ ਜਾਵਾਂ। ਸੋ ਰੇਲਵੇ ਸਟੇਸ਼ਨ 'ਤੇ ਜਦੋਂ ਮੈਂ ਜਾਊਂਗਾ ਤਾਂ ਉੱਥੇ ਅਤੇ ਪਹਿਲਾਂ ਵੀ ਕਿਤੇ ਚੱਲ ਜਾਂਦਾ ਹਾਂ, ਹੈ ਨਾ, ਟਾਈਮ ਪਾਸ ਤਾਂ ਕਰਨਾ ਹੀ ਆ। ਅਤੇ ਫਿਰ ਮੈਂ ਸੋਚਿਆ ਨਹੀਂ ਮਨਾ ਵੀ ਇਹਦੇ ਨਾਲੋਂ ਵਧੀਆ ਆਪਣਾ ਜਾਣੇ ਕਿ ਵੀ ਮੈਂ ਕੰਮ ਕਾਰ ਲਵਾਂ ਠੀਕ ਆ, ਅਤੇ ਜਾਂ ਫਿਰ ਮੈਂ ਆਪਣਾ ਕਹਿ ਲਓ ਕਿ ਵੀ ਕੁਛ ਘੁੰਮ ਫਿਰ ਕੇ ਟਾਈਮ ਪਾਸ ਕਰ ਲੈਂਦਾ। ਕਿਤੇ ਜਾਊਂਗਾ ਮੈਂ ਰਾਮਲੀਲਾ 'ਤੇ ਵੀ ਜਾਊਂਗਾ ਠੀਕ ਆ, ਅਤੇ ਬਾਕੀ ਹੁਣ ਇੱਥੇ ਹੀ ਮੈਂ ਰਾਤ ਰੂਤ ਗੁਜ਼ਾਰਦੇ ਹਾਂ, ਦੇਖਦੇ ਹਾਂ ਕਿੱਥੇ ਜਾਂਦੇ ਹਾਂ। ਨਹੀਂ ਸੋ ਆਪਾਂ ਬਾਹਰ ਰਹਿ ਕੇ ਹੀ ਰਾਤ ਗੁਜ਼ਾਰਦੇ ਹਾਂ। ਚਲੋ ਚੱਲਦੇ ਹਾਂ ਹੁਣ ਠੀਕ ਆ, ਮੂਡ ਬੜਾ ਖਰਾਬ ਆ ਯਾਰ, ਬੜਾ ਖਰਾਬ। ਸੋ ਲਓ ਵੀ ਦੋਸਤੋ, ਹਨੇਰਾ ਹੋਇਆ ਹੋਇਆ ਠੀਕ ਆ, ਇੱਥੇ ਲੋਕ ਆਉਂਦੇ ਆ, ਕਹਿ ਲਓ ਕਿ ਵੀ ਇਹ ਤਾਂ ਟੂਰਿਸਟ ਪਲੇਸ ਆ, ਇਹ ਰਾਤ ਭਰ ਚੱਲਦਾ ਰਹਿੰਦਾ ਠੀਕ ਆ। ਅਤੇ ਬਾਕੀ ਹੁਣ ਆਪਾਂ ਵੀ ਇੱਥੇ ਆਏ ਹੋਏ ਹਾਂ ਠੀਕ ਆ, ਮੈਂ ਜਗ੍ਹਾ ਲੱਭਦਾ ਕਿਤੇ ਨਾ ਕਿਤੇ ਪੈਣ ਦੀ। ਮੈਂ ਕਿਹਾ ਚੱਲ ਘੁੰਮ ਫਿਰਦੇ ਹਾਂ, ਤੁਹਾਨੂੰ ਨਾਲ ਮੈਂ ਇੱਕ ਗੱਲ ਕਰਨੀ ਸੀ ਜ਼ਰੂਰੀ। ਉਹ ਕੀ ਗੱਲ ਆ ਉਹ ਵੀ ਤੁਹਾਨੂੰ ਦੱਸਦਾ ਠੀਕ ਆ, ਮੈਂ ਸ਼ੇਅਰ ਕਰਦਾ ਤੁਹਾਡੇ ਨਾਲ। ਸੋ ਲਓ ਵੀ ਦੋਸਤੋ, ਦੇਖੋ ਤੁਸੀਂ ਚੰਨ ਚਾਨਣੀ ਠੀਕ ਆ, ਰਾਤ ਮਹਿਰਮਾ ਤਾਂ ਸਾਡਾ ਗੁੱਸੇ ਆ, ਦੱਸਦੇ ਹਾਂ। ਇੱਥੇ ਹੁਣ ਬੈਠਾ ਹਾਂ, ਹਨੇਰਾ ਹੋਇਆ ਪਿਆ, ਜਾਲੇ ਜਿਹੇ ਯਾਰ ਬੜਾ, ਮੈਂ ਮੱਛਰ ਵਾਲੀ ਵੀ ਨਹੀਂ ਲਿਆਉਂਦੀ ਯਾਰ। ਮੈਂ ਤੁਹਾਡੇ ਨਾਲ ਗੱਲ ਕਰਨੀ ਸੀ, ਗੱਲ ਇਹ ਸੀਗੀ, ਦੇਖੋ ਗੱਲ ਕੋਈ ਐਡੀ ਹੋਈ ਨਹੀਂ ਸੀ, ਜੇ ਗੱਲ ਨੂੰ ਖਤਮ ਕਰਨਾ ਹੋਵੇ, ਮੈਂ ਕਹੀ ਵੀ ਜਾਂਦਾ ਯਾਰ ਤੂੰ ਚੱਲ ਛੱਡ ਨਾ ਰੌਲਾ ਪਾ ਲਾਗੇ ਆਂਢੀ ਗੁਆਂਢੀ ਵੇਖਦੇ ਆ, ਚੰਗਾ ਨਹੀਂ ਲੱਗਦਾ। ਇੱਕ ਕਹਿ ਲਓ ਕਿ ਵੀ ਬਹੁਤ ਸ਼ਾਂਤੀ ਨਾਲ ਰਾਤ ਨੂੰ ਆਪਣਾ ਸੁੱਤੇ ਹੁੰਦੇ ਜਾਂ ਆਪਣਾ ਕੰਮ ਦੇ ਵਿੱਚ ਬੀਜੀ ਹੁੰਦੇ ਕੁਛ ਕਰਦੇ, ਹੈ ਨਾ। ਸੋ ਇੱਥੇ ਸਾਰੇ ਜਿੰਨੇ ਵੀ ਆ ਜੋਬਾਂ ਵਾਲੇ ਲੋਕ ਰਹਿੰਦੇ ਆ ਠੀਕ ਆ, ਅਤੇ ਇਸ ਕਰਕੇ ਹੁੰਦਾ ਵੀ ਡਿਸਟਰਬ ਨਾ ਹੋਣ ਲੋਕ। ਮੈਂ ਕਿਹਾ ਯਾਰ ਇਹ ਗੱਲ ਵਧਾਈ ਜਾਂਦੀ ਆ ਵੀ ਮੈਂ ਕਹੀ ਜਾਂਦਾ, ਉਹ ਰੌਲਾ ਪਾਈ ਜਾਂਦੀ ਆ ਕਿ ਮੇਰਾ ਗਲਾ ਘੁੱਟਤਾ ਇੱਥੋਂ, ਕਹਿੰਦੀ ਮੇਰਾ ਸਾਹ ਘੁੱਟ ਹੋ ਗਿਆ, ਉਹ ਮੈਂ ਸ਼ੂਟ ਨਹੀਂ ਕੀਤਾ ਹਜੇ, ਚੱਲ ਮੈਂ ਇੱਦਾਂ ਕਰਕੇ ਫੜਿਆ ਪਰ ਮੈਂ ਘੁੱਟਿਆ ਥੋੜ੍ਹੀ, ਮੈਂ ਕਮਲਾ ਜਿਹਾ ਘੁੱਟੂੰਗਾ ਗਲਾ, ਅਤੇ ਆਖੇ ਮੇਰੇ 'ਤੇ ਹੱਥ ਉਠਾਇਆ। ਫਿਰ ਮੈਂ ਸੋਚਿਆ, ਮੈਂ ਕਿਹਾ ਮਨਾ ਨਿਕਲਣਾ ਹੀ ਸਹੀ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਕੁੜੀਆਂ ਜਦੋਂ ਗੱਲ ਚੱਕਣ ਲੱਗਦੀਆਂ ਉਹ ਗੱਲ ਨੂੰ ਇੰਨਾ ਵਧਾ ਚੜ੍ਹਾ ਦਿੰਦੀਆਂ ਬਹੁਤ ਜ਼ਿਆਦਾ, ਹੈ ਨਾ। ਸੋ ਕਿਉਂਕਿ ਲੇਡੀਜ਼ ਹੁੰਦੀ ਆ ਉਹਦਾ ਗੁੱਸਾ ਅਲੱਗ ਹੁੰਦਾ, ਬੰਦੇ ਦਾ ਇੱਕ ਅਲੱਗ ਹੁੰਦਾ ਠੀਕ ਆ। ਮੰਨਦਾ ਮੈਂ ਉਹ ਆਪਣੀ ਜਗ੍ਹਾ ਠੀਕ ਹੋਊਗੀ, ਪਰ ਫਿਰ ਵੀ ਲੜਾਈ ਦੀ ਇੱਕ ਹੱਦ ਹੁੰਦੀ ਆ, ਪਰ ਮੈਂ ਜਾਣਾ ਦਿਲ ਨਹੀਂ ਕਰਦਾ ਮੇਰਾ ਜਾਣ ਨੂੰ, ਸੱਚੀ ਯਾਰ, ਸੱਚੀ ਇੱਦਾਂ ਗੁੱਸੇ ਵਿੱਚ ਬੰਦਾ ਕੁਛ ਵੀ, ਮੈਂ ਇੱਦਾਂ ਕਰ ਲਵਾਂ, ਫਿਰ ਸੋਚੀਦਾ ਉਹ ਕੀ ਕਰੂੰ। ਚਲੋ ਵੇਖਦੇ ਹਾਂ ਯਾਰ। ਲਓ ਚੰਨ ਦੇ ਵੀ ਦਰਸ਼ਨ ਕਰਾਤੇ ਤੁਹਾਨੂੰ ਠੀਕ ਆ, ਦੇਖੋ ਕਿੰਨਾ ਸੋਹਣਾ ਲੱਗਦਾ ਵੀ ਯਾਰ, ਪਰ ਰਾਤ ਵਧੀਆ ਆ ਪਰ ਰੁਪਿੰਦਰ ਨਾਲ ਨਹੀਂ, ਚੰਗਾ ਨਹੀਂ ਲੱਗਦਾ। ਅੱਖਾਂ ਵਿੱਚ ਅਥਰੂ ਆਏ ਅੱਖਾਂ ਵਿੱਚ ਅੜੇ ਰਹੇ, ਅਸੀਂ ਆਪਣਿਆਂ ਦੀ ਮਹਿਫਲ ਦੇ ਵਿੱਚ ਗੈਰਾਂ ਵਾਂਗੂ ਖੜੇ ਰਹੇ ਠੀਕ ਆ। ਸੋ ਇਹ ਸ਼ਹਿਰੋ ਸ਼ਹਿਰੀ ਆ, ਕਾਫੀ ਪੁਰਾਣੀ ਆ,
ਪਰ ਮੈਂ ਸ਼ਹਿਰੋ ਸ਼ਹਿਰੀ ਕਰ ਲੈਂਦਾ, ਠੀਕ ਆ। ਤੁਸੀਂ ਫੇਸਬੁੱਕ ਪੇਜ 'ਤੇ ਦੇਖ ਸਕਦੇ ਹੋ ਜਿਹੜੇ ਸ਼ਹਿਰੋ ਸ਼ਹਿਰੀ ਦੇ ਦੇਖਣਾ ਚਾਹੁੰਦੇ ਆ, ਠੀਕ ਆ। ਉੱਥੇ ਹਰ ਇੱਕ ਤਰ੍ਹਾਂ ਦੀ ਕਰੀਦੀ ਆਪਾਂ, ਅਤੇ ਕੁਛ ਆਪਣੀ ਹੁੰਦੀ ਆ ਅਤੇ ਕੁਛ ਇੱਦਾਂ ਜਾਣੀ ਕਿ ਵੀ ਜਿਹੜੀ ਪਤਾ ਹੀ ਹੁੰਦਾ ਆਪਾਂ ਨੂੰ ਆਮ, ਹੈ ਨਾ, ਉਹ ਸਾਰੀਆਂ ਹੁੰਦੀਆਂ। ਸੋ ਇਹ ਸੱਚ ਆ, ਠੀਕ ਆ। ਅਤੇ ਬੰਦੇ ਦੀ ਜਿਹੜੀ ਇੱਜ਼ਤ ਆ ਨਾ ਜਿਉਂਦੇ ਜੀ ਕਦੇ ਨਹੀਂ ਹੋਣੀ, ਬੰਦੇ ਦੀ ਜਿਹੜੀ ਇੱਜ਼ਤ ਆ ਨਾ ਜਿਉਂਦੇ ਜੀ ਕਦੇ ਨਹੀਂ ਹੋਣੀ। ਮਰਨ ਤੋਂ ਬਾਅਦ ਸਾਰੇ ਪੁੱਛਣਗੇ ਬਾਈ ਇਹ ਬੰਦਾ ਤਾਂ ਚੰਗਾ ਸੀ, ਇਹ ਬੰਦਾ ਤਾਂ ਚੰਗਾ ਸੀ। ਅਕਸਰ ਤੁਸੀਂ ਵੇਖਿਆ ਹੋਣਾ, ਹੈ ਨਾ, ਇਹ ਸੱਚ ਆ ਦੋਸਤੋ। ਸੋ ਹਾਂਜੀ ਦੋਸਤੋ, ਗੁੱਡ ਮੋਰਨਿੰਗ ਜੀ। ਲਓ ਵੀ ਦੋਸਤੋ, ਸੋ ਆਪਾਂ ਇੱਥੇ ਪਏ ਹਾਂ, ਠੀਕ ਆ, ਪਾਰਕ ਦੇ ਵਿੱਚ। ਮੈਂ ਕਿਉਂਕਿ ਤੁਹਾਨੂੰ ਪਤਾ ਹੀ ਆ ਲੜਾਈ ਹੋ ਗਈ ਸੀ, ਸੋ ਰਾਤ ਇੱਥੇ ਪੈ ਗਿਆ ਸੀ। ਪਹਿਲਾਂ ਬੈਂਚ 'ਤੇ ਪਿਆ ਸੀ, ਫਿਰ ਉੱਧਰੋਂ ਠਾਲ ਦਿੱਤਾ, ਜਿੱਦਾਂ ਉੱਥੇ ਫਿਰ ਠਾਲ ਦਿੰਦੇ ਆ ਨਾ, ਜ਼ਿਆਦਾ ਹਨੇਰਾ ਹੋਇਆ। ਫਿਰ ਬਾਅਦ 'ਚੋਂ ਆ ਕੇ ਮੈਂ ਇੱਧਰ ਪੈ ਗਿਆ, ਅਤੇ ਕਿਉਂਕਿ ਬਾਅਦ 'ਚ ਫਿਰ ਜਦੋਂ 1 ਵਜੇ ਤੋਂ ਬਾਅਦ ਆ, ਫਿਰ ਉੱਥੇ ਅਲਾਊਡ ਨਹੀਂ ਹੈਗਾ। ਅਤੇ ਇੱਧਰ ਉੱਧਰ ਆਪਾਂ ਜਾਂਦੇ ਕਿ ਵੀ ਸੋਣਾ ਅਲਾਊਡ ਨਹੀਂ, ਘੁੰਮਣਾ ਅਲਾਊਡ ਆ। ਅਤੇ ਫਿਰ ਮੈਂ ਇੱਧਰ ਆ ਕੇ ਜਿੱਦਾਂ ਪੈ ਗਿਆ, ਅਤੇ ਰਾਤ ਗੁਜ਼ਾਰੀ ਆ। ਅਤੇ ਹੁਣ ਫਰੈਸ਼ ਫਰੁਸ਼ ਹੁੰਦੇ ਆ, ਠੀਕ ਆ। ਮੋਟਰਸਾਈਕਲ ਮੇਰਾ ਇੱਥੇ ਖੜ੍ਹਾ ਆ ਪਾਰਕਿੰਗ 'ਚ ਹੀ, ਦੇਖਦੇ ਆ ਕਿੱਦਾਂ ਹੁੰਦੀ ਆ ਯਾਰ। ਸੋ ਮੈਂ ਸਮਝਾਇਆ ਸੀ, ਠੀਕ ਆ, ਹੁਣ ਬੰਦਾ ਸਮਝ ਜਾਵੇ ਤਾਂ ਹੀ ਆ। ਅਤੇ ਮਰਜ਼ੀ ਆ, ਠੀਕ ਆ, ਕਿਉਂਕਿ ਜਦ ਪੀਤੀ, ਇੱਕ ਤੁਹਾਨੂੰ ਦੱਸਦਾ, ਚਲੋ ਪੀਤੀ ਨਾ ਪੀਤੀ ਉਹ ਇੱਕ ਸਾਈਡ 'ਤੇ ਆ ਗੱਲ, ਠੀਕ ਆ। ਅਤੇ ਪਰ ਜਾਣੇ ਕਹਿੰਦਾ ਕਿ ਵੀ ਇੰਨੀ ਵੀ ਗੱਲ ਕੀ ਚੱਕਣੀ, ਠੀਕ ਆ। ਉਹ ਐਵੇਂ ਜ਼ਿਆਦਾ ਹੀ ਜਾਣੇ ਕਹਿੰਦਾ ਕਿ ਪਤਾ ਨਹੀਂ ਦਵਾਈਆਂ ਜ਼ਿਆਦਾ ਖਾਂਦੀ ਆ ਤਾਂ ਕਰਕੇ ਇੰਨੀ ਗੱਲ ਚੱਕੀ ਜਾਂਦੀ ਆ, ਠੀਕ ਆ। ਅਤੇ ਆਵਾ ਜਾਣੇ ਕਿ ਇੰਨਾ ਲੜਨਾ ਮੈਂ ਉਹਨੂੰ ਕਹੀ ਵੀ ਇੰਨਾ ਸ਼ਾਂਤ ਹੋ ਜਾ, ਇੱਕ ਇਨਸਾਨ ਆ ਯਾਰ, ਗੁੱਸਾ ਆ ਜਾਂਦਾ, ਠੀਕ ਆ, ਗੁੱਸਾ ਆਉਂਦਾ ਆ ਬੰਦੇ ਨੂੰ, ਅਤੇ ਨਹੀਂ ਸਹਾਰ ਹੁੰਦਾ। ਅਤੇ ਪਰ ਫਿਰ ਮੈਂ ਆ ਗਿਆ, ਫੋਨ ਫਾਨ ਵੀ ਕੀਤੇ ਮੈਨੂੰ, ਪਰ ਮੈਂ ਚੱਕੇ ਨਹੀਂ, ਫਿਰ ਨਹੀਂ ਮੈਂ ਚੱਕੇ। ਮੈਨੂੰ ਰੋਕਦੀ ਵੀ ਸੀ ਉੱਥੇ, ਠੀਕ ਆ, ਅਤੇ ਪਰ ਮੈਂ ਰੁਕਿਆ ਨਹੀਂ ਹੈਗਾ। ਮੈਂ ਕਿਹਾ ਨਹੀਂ ਯਾਰ, ਹੁਣ ਨਹੀਂ ਮੈਂ ਕਿਹਾ ਰੁਕਣਾ, ਮੈਂ ਸਾਰੀ ਰਾਤ ਬਾਹਰ ਹੀ ਸੁੱਤਾ। ਪਹਿਲਾਂ ਘੁੰਮਦਾ ਰਿਹਾ ਮੈਂ, ਪਹਿਲਾਂ ਆਪਣੇ ਇੱਥੇ ਰਾਮਲੀਲਾ ਚੱਲਦੀ ਆ, ਠੀਕ ਆ, 17 ਸੈਕਟਰ, ਮੈਂ ਉੱਥੇ ਚਲ ਗਿਆ, ਰਾਮਲੀਲਾ ਦੇਖੀ। ਉਹ 12:30 ਰਾਮਲੀਲਾ ਖਤਮ ਹੋਈ, ਅਤੇ 1 ਵਜੇ ਫਿਰ ਮੈਂ ਇੱਧਰ ਆ ਗਿਆ ਪਾਰਕ 'ਚ। ਪਹਿਲਾਂ ਬੈਂਚ 'ਤੇ ਸੁੱਤਾ ਸੀ, ਉੱਧਰੋਂ ਬਿਠਾਲਤਾ, ਫਿਰ ਮੈਂ ਇੱਧਰ ਆ ਗਿਆ। ਇੱਧਰ ਮੈਂ ਕਿਹਾ ਕਿਸੇ ਨੇ ਆਉਣਾ ਨਹੀਂ, ਠੀਕ ਆ, ਇੱਥੇ ਕੋ ਪਿਆ ਰਿਹਾ ਮੈਂ। ਅਤੇ ਹੁਣ ਸਵੇਰਾ ਹੋ ਗਿਆ ਆ, ਤੜਕਾ ਹੋ ਗਿਆ ਆ, ਅਤੇ ਹੁਣ ਆਪਾਂ ਚਲੋ ਕਰਦੇ ਹਾਂ ਕੁਛ ਖਾਣੇ ਪੀਣੇ ਆ, ਭੁੱਖ ਲੱਗੀ ਹੈ ਮੈਨੂੰ ਵੀ। ਸੋ ਚਲੋ ਮਿਲਦੇ ਹਾਂ ਦੋਸਤੋ, ਅਤੇ ਤੁਹਾਨੂੰ ਦੱਸਦਾ ਹਾਂ ਕਿੱਦਾਂ ਹੁੰਦੀ। ਮੈਂ ਪਤਾ ਕੀ ਚੱਕਰ ਆ, ਸਮਾਨ ਆ ਉੱਥੇ ਬੋਕਸ ਹੁੰਦੇ ਆ, ਜਿੱਦਾਂ ਉੱਥੇ ਜਮ੍ਹਾਂ ਕਰਾਤਾ ਸੀ, ਅਤੇ ਚਾਬੀ ਆਪਾਂ ਨੂੰ ਮਿਲ ਜਾਂਦੀ ਆ। ਅਤੇ ਬਾਕੀ ਮੈਂ ਆਹ ਜਾਣ ਕੇ ਲੈ ਕੇ ਆਇਆ ਸੀ ਨਾਲ ਹੀ, ਅਤੇ ਹੁਣ ਮੈਂ ਕਿਹਾ ਚਲੋ ਮੈਂ ਤੁਹਾਨੂੰ ਦੱਸਦਾ। ਮੈਂ ਚੱਲਾ ਸੀਗਾ ਪਹਿਲਾਂ ਮੈਂ ਬਾਹਰ ਉੱਥੇ ਚੱਲਾ ਸੀਗਾ। ਮੈਂ ਸੋਚਿਆ ਵੀ ਮੈਂ ਉੱਥੇ ਚੱਲ ਜਾਂਦਾ ਵੀ ਟ੍ਰੇਨ ਚੜ੍ਹ ਕੇ, ਵੀ ਕਿਤੇ ਚੱਲਾ ਸੀ ਪਹਿਲਾਂ ਮੈਂ, ਠੀਕ ਆ, ਟ੍ਰੇਨ 'ਚ। ਫਿਰ ਮੈਂ ਰਹਿਣ ਦਿੱਤਾ, ਮੈਂ ਕਿਹਾ ਚੱਲ ਛੱਡ, ਕੋਈ ਨਹੀਂ, ਗੁੱਸਾ ਗਿਲਾ ਤਾਂ ਹੁੰਦਾ ਹੀ ਰਹਿੰਦਾ, ਹੈ ਨਾ, ਅਤੇ ਚੱਲ ਜਾਣਾ ਤਾਂ ਕੀ ਆ ਕਿਤੇ। ਪਰ ਮੈਨੂੰ ਗੁੱਸਾ ਬਹੁਤ ਸੀਗਾ, ਮੈਂ ਕਿਹਾ ਮੈਂ ਦਿੱਲੀ ਚੱਲ ਜਾਣਾ, ਸੱਚੀ ਗੁੱਸਾ ਬਹੁਤ ਸੀਗਾ। ਪਰ ਫਿਰ ਸੋਚਿਆ ਮੈਂ ਕਿਹਾ ਕਿੱਥੇ ਇਕੱਲੀ ਐਵੇਂ ਇੱਧਰ ਉੱਧਰ ਭਟਕੂਗੀ, ਹੈ ਨਾ, ਵੀ ਉਹਨੂੰ ਔਖਾ ਹੋਊਗਾ, ਤੰਗ ਹੋਊਗੀ। ਸੋ ਇਸ ਕਰਕੇ ਫਿਰ ਮੈਂ ਗੁੱਸਾ ਥੁੱਕਿਆ ਵੀ ਫਾਇਦਾ ਨਹੀਂ ਹੈਗਾ, ਹੁਣ ਦੇਖਦੇ ਹਾਂ ਕਿੱਦਾਂ ਹੁੰਦੀ ਹੈ। ਮੇਰਾ ਦਿਲ ਨਹੀਂ ਕਰਦਾ ਘਰ ਜਾਣ ਨੂੰ, ਠੀਕ ਆ, ਅਤੇ ਪਰ ਬਾਕੀ ਦੇਖਦੇ ਹਾਂ ਕਿੱਦਾਂ ਹੁੰਦੀ ਆ। ਸੋ ਹਾਂਜੀ, ਲਓ ਜੀ, ਰੋਜ਼ ਗਾਰਡਨ ਦੇ ਵਿੱਚ ਜਿੰਨਾ ਘਾਹ ਸੀ ਨਾ ਸਾਰਾ ਵੱਢ ਦਿੱਤਾ, ਦੇਖੋ ਵੇਖੋ ਇੱਧਰ। ਅਤੇ ਮੈਂ ਕਿਹਾ ਚਲੋ ਹੁਣ ਆਪਾਂ, ਮੈਂ ਤਾਂ ਚੱਲਾ ਸੀਗਾ, ਮੈਂ ਤਾਂ ਉੱਧਰ ਪਿੱਛੇ ਪਿਆ ਸੀ ਜਾਣ ਕੇ, ਤਾਂ ਕਰਕੇ ਮੈਂ ਕਿਹਾ ਤੁਹਾਨੂੰ ਦਿਖਾ ਦਈਏ। ਸੋ ਲਓ ਜੀ, ਰੱਬ ਦਾ ਨਾਮ ਲੈ ਕੇ ਆਪਾਂ ਕੰਮ ਕਰਤਾ ਸੀ ਸ਼ੁਰੂ, ਠੀਕ ਆ। ਔਡਰ ਆਪਾਂ ਨੂੰ ਪੈਣੇ ਸ਼ੁਰੂ ਹੋ ਗਿਆ ਪਿੰਡਾਂ ਵੱਲ ਦੇ, ਕਈ ਵਾਰੀ ਪਿੰਡਾਂ ਵੱਲ ਨੂੰ ਜਾਣਾ ਪੈਂਦਾ, ਠੀਕ ਆ, ਲਾਗੇ ਲਾਗੇ ਖੁੱਡਾ ਲਾਹੌਰੀ ਆ ਜਾਂਦਾ, ਠੀਕ ਆ, ਬੈਰੀਅਲ ਵੱਲ ਹੋ ਗਿਆ, ਠੀਕ ਆ, ਅਤੇ ਫਿਰ ਜੀਰਖਪੁਰ ਵਗੈਰਾ ਵੱਲ ਆ ਜਾਂਦੇ ਔਡਰ। ਅਤੇ ਫਿਰ ਉਸ ਤੋਂ ਬਾਅਦ ਜਾਣੇ ਕਿ ਵਿੱਚ ਨਾਈਟ ਜਦੋਂ ਹੋ ਜਾਂਦੀ ਹੈ, ਸ਼ਾਮਾਂ ਪੈ ਜਾਂਦੀਆਂ, ਅਤੇ ਸ਼ਾਮਾਂ ਨੂੰ ਕੰਮ ਦਾ ਬਹੁਤ ਜ਼ਿਆਦਾ ਜ਼ੋਰ ਹੁੰਦਾ ਦੋਸਤੋ। ਉਸ ਟਾਈਮ 1 ਮਿੰਟ ਦਾ ਟਾਈਮ ਨਹੀਂ ਹੁੰਦਾ। ਮੈਨੂੰ ਕਈ ਪੁੱਛਦੇ ਆ ਬਾਈ 1 ਲੱਖ ਰੁਪਈਆ ਬਣ ਜਾਂਦਾ, ਮੈਂ ਕਿਹਾ
ਉਹਨਾਂ ਨੂੰ ਦੱਸਿਆ ਕਿ ਬਾਈ ਜਿੰਨਾ ਮੇਰਾ ਟ੍ਰੀਟਮੈਂਟ ਚੱਲਦਾ ਵਾਈਫ ਦਾ ਮੈਂ ਇਹ ਕੰਮ ਕਰ ਕਰਕੇ ਚਲਾਉਂਦਾ ਹਾਂ, ਠੀਕ ਆ, ਨਾਲ ਹੋਰ ਵੀ ਮੈਂ ਸਾਈਡ ਬਿਜ਼ਨਸ ਜਿਹੜਾ ਮੇਰਾ ਹੈਗਾ ਹੀ ਹੈ ਯੂਟਿਊਬ ਦਾ। ਅਤੇ ਆਹ ਦੇਖੋ ਤੁਸੀਂ ਔਡਰ ਲਾਉਂਦੇ ਹਾਂ ਆਪਾਂ ਬਾਈ, ਕੋਈ ਝੂਠ ਨਹੀਂ ਹੈਗਾ, ਮੈਂ ਸਹੀ ਦੱਸੂੰਗਾ, ਮੈਂ ਕਿਸੇ ਨੂੰ ਇੱਦਾਂ ਸੁਪਨੇ ਨਹੀਂ ਦਿਖਾਊਂਗਾ ਵੱਡੇ ਵੱਡੇ ਕਿ ਤੁਸੀਂ ਲੱਖ ਰੁਪਈਆ ਕਮਾ ਲਓਗੇ ਚਾਹੇ ਦੋਵਾਂ ਮਹੀਨਿਆਂ 'ਚ। ਵੀਰ ਮੇਰੇ ਆ, ਮੈਂ ਜਾਣੇ ਕਿ ਤੁਹਾਨੂੰ ਦੱਸਦਾ, ਜਦੋਂ 12 ਘੰਟੇ ਕੰਮ ਕਰਦਾ ਹੈ ਨਾ, ਅਤੇ ਪਰ ਡੇ ਜਿਹੜੀ ਆਪਣੇ ਇਨਕਮ ਹੁੰਦੀ ਆ, ਕਈ ਵਾਰੀ 800, ਕਈ ਵਾਰੀ 1000 ਰੁਪਈਆ ਵੀ ਹੋ ਜਾਂਦੀ ਆ, ਕਈ ਵਾਰੀ ਘੱਟ ਵੀ ਜਾਂਦੀ ਆ, ਅਤੇ ਉਹਨਾਂ ਵਿੱਚੋਂ ਕੁਛ ਪੈਟਰੋਲ ਦਾ ਖਰਚਾ ਯਾਨੀ ਕਿ ਨਿਕਲ ਜਾਂਦਾ ਆ ਮਹੀਨੇ ਦੀ, ਯਾਨੀ ਕਿ ਵੱਧ ਤੋਂ ਵੱਧ ਆਪਾਂ 24,000 ਤੱਕ ਪਹੁੰਚੇ ਹਾਂ ਬਹੁਤ ਦਿਨ ਰਾਤ ਕਰਕੇ, ਬਹੁਤ ਜ਼ਿਆਦਾ ਯਾਨੀ ਕਿ ਜ਼ੋਰ ਮਾਰ ਕੇ ਬੈਠਣਾ ਨਹੀਂ, ਰੋਟੀ ਖਾਣ ਦਾ ਟਾਈਮ ਨਹੀਂ ਸੀ ਲੱਗਦਾ, ਉਹਦੇ ਵਿੱਚੋਂ ਆਪਣਾ  6,000 ਦਾ ਪੈਟਰੋਲ ਲੱਗ ਜਾਂਦਾ ਸੀ, ਪਿੱਛੇ ਕਿੰਨਾ ਬਚਿਆ 18,000 ਹੈ ਨਾ। ਫਿਰ ਮੋਟਰਸਾਈਕਲ ਦੀ ਟੁੱਟ ਭੱਜ ਹੋ ਗਈ, ਠੀਕ ਆ, ਫਿਰ ਬੰਦੇ ਨੇ ਕੁਛ ਚਾਹ ਚੂਹ ਵੀ ਪੀਣੀ ਹੈ ਨਾ, ਤੁਹਾਨੂੰ ਪਤਾ ਤੁਸੀਂ ਉਹ ਵੀ ਰੱਖ ਲਓ ਡੇਲੀ ਦਾ ਯਾਰ, ਯਾਨੀ ਕਿ 50-60 ਰੁਪਈਏ ਕਰ ਕਰਾ ਕੇ ਮੈਂ ਤੁਹਾਨੂੰ ਦੱਸਾਂ ਕਿ 16-17,000 ਰੁਪਈਆ ਆਪਾਂ ਬਚਾ ਸਕਦੇ ਹਾਂ ਬਾਈ, ਜੇ ਆਪਾਂ ਬਚਾਉਣਾ ਹੋਵੇ ਤਾਂ। ਅਤੇ ਬਾਕੀ ਯਾਨੀ ਕਿ ਵੀ ਮੈਂ ਤੁਹਾਨੂੰ ਦੱਸਦਾ ਆਪਣੇ 'ਤੇ ਆ, ਜੇ ਤੁਸੀਂ ਹੋਰ ਜ਼ਿਆਦਾ 12 ਘੰਟਿਆਂ ਤੋਂ ਉੱਪਰ ਕੰਮ ਕਰਦੇ ਹਾਂ, ਠੀਕ ਆ, ਅਤੇ ਫਿਰ ਹੋਰ ਜ਼ਿਆਦਾ ਅਰਨਿੰਗ ਹੋ ਜਾਂਦੀ ਆ, ਜਦੋਂ ਮੀਂਹ ਕਣੀ ਹੁੰਦਾ ਅਤੇ ਉਸ ਟਾਈਮ 30-40 ਰੁਪਏ 50 ਰੁਪਏ ਐਕਸਟਰਾ ਵੀ ਮਿਲਦੇ ਆ, ਠੀਕ ਆ। ਫਿਰ ਇਹਦੇ ਵਿੱਚ ਬੋਨਸ ਵੀ ਹੁੰਦਾ ਆ, ਯਾਨੀ ਕਿ ਆਪਾਂ ਔਡਰ ਪੂਰੇ ਕਰਨੇ ਹੁੰਦੇ ਆ ਦਿਹਾੜੀ ਦੇ ਵਿੱਚ, 300 ਦੇ ਲਾਗੇ ਟਾਰਗੇਟ ਆਪਾਂ ਪੂਰਾ ਕਰਤਾ ਅਤੇ ਉਹਦੇ ਪਿੱਛੇ ਆਪਣਾ ਯਾਨੀ ਕਿ ਐਕਸਟਰਾ 150 ਰੁਪਈਆ ਮਿਲ ਜਾਂਦਾ ਜੇ ਉਹ ਉਨੇ ਟਾਈਮ ਦੇ ਵਿੱਚ ਹੋ ਜਾਵੇ ਤਾਂ। ਅਤੇ ਫਿਰ ਉਸ ਤੋਂ ਬਾਅਦ ਆ ਦੇਖੋ ਮੈਂ ਰੇਲਵੇ ਸਟੇਸ਼ਨ ਵੱਲ 22 ਸੈਕਟਰ ਗਿਆ, ਉੱਥੇ ਔਡਰ ਸੀ, ਉਹ ਤੋਂ ਬਾਅਦ ਕੰਮ ਕੁੰਮ ਕਰਕੇ ਆਪਾਂ ਥੱਕ ਗਏ, ਫਿਰ ਚਾਹ ਚੂਹ ਵੀ ਪੀਤੀ ਵਿੱਚ ਹੈ ਨਾ ਸਟੋਪ ਕਰਕੇ, ਬਾਈ ਚਾਹ ਪੀ ਕੇ ਸੋਚਿਆ ਰੁਪਿੰਦਰ ਨੂੰ ਕਾਲ ਕਰਾਂ ਪਰ ਮੈਂ ਕੀਤੀ ਨਹੀਂ, ਠੀਕ ਆ, ਤੁਹਾਨੂੰ ਪਤਾ ਉਹੀ ਬੰਦੇ 'ਚ ਈਗੋ ਆਕੜ ਆ ਜਾਂਦੀ ਆ, ਪਰ ਫਿਕਰ ਸੀ ਮੈਨੂੰ, ਠੀਕ ਆ, ਕਿ ਮੈਂ ਕਿਹਾ ਮੈਂ ਕੈਮਰੇ ਕੁਮਰੇ ਚੈੱਕ ਕਰਦਾ ਹੈ ਨਾ ਜਾਂ ਕਾਲ ਕਰ ਲਵਾਂ, ਪਹਿਲਾਂ ਉਹਨੇ ਕਾਲ ਕੀਤੀ ਪਰ ਮੈਂ ਕਾਲ ਨਹੀਂ ਕੀਤੀ, ਪਰ ਟਾਈਮ ਪਾਸ ਚਲੋ ਕੰਮ ਕਰਕੇ ਆਪਾਂ ਕੀਤਾ ਜਿੱਦਾਂ ਵੀ ਸੀ। ਲਓ ਵੀ ਦੋਸਤੋ, ਇੱਥੇ ਵੀ ਲੋਕ ਸੌਂ ਜਾਂਦੇ ਆ, ਸੌਣ ਦੇ ਤਰੀਕੇ ਆ ਦੇਖੋ, ਆਹ ਸੌਣ ਦਾ ਜਗਾੜ ਆ ਥੱਲੇ ਪਿਆ ਨਾ ਦੇਖੋ, ਬਿਸਤਰੇ ਬੁਸਤਰੇ ਨਾਲ ਹੀ ਬੈਂਚ ਲੱਗਾ, ਇੱਧਰ ਵੀ ਆ ਸੌਣ ਦਾ ਆ ਜਗਾੜ। ਸੋ ਮੈਂ ਆਇਆ ਸੀਗਾ 15 ਸੈਕਟਰ, ਠੀਕ ਆ, ਤੁਹਾਨੂੰ ਪਤਾ ਸੌਣਾ ਹੀ ਪੈਂਦਾ ਬੰਦੇ ਨੂੰ, ਕਰੇ ਕੀ ਹੈ ਨਾ, ਨੀਂਦ ਤਾਂ ਪੂਰੀ ਕਰਨੀ ਆ। ਸੋ ਸਵੇਰ ਦਾ ਕੁਛ ਨਹੀਂ ਖਾਧਾ ਹੈਗਾ, ਠੀਕ ਆ, ਯਾਨੀ ਕਿ ਭੁੱਖ ਲੱਗੀ ਆ, ਕੁਲਚਾ ਜਿਹਾ ਇੱਕ ਖਾ ਲਿਆ ਸੀਗਾ, ਅਤੇ ਬਸ ਉਸ ਤੋਂ ਬਾਅਦ ਛੋਲੇ ਸੀਗੇ ਕੁਛ ਰਾਤ, ਉਹ ਖਾ ਲਿਆ, ਅਤੇ ਰੋਟੀ ਤਾਂ ਖਾ ਹੀ ਲਈ ਸੀ ਆਪਾਂ। ਅਤੇ ਹੁਣ ਮੈਂ ਆਇਆ ਸੀ, ਮੈਂ ਕਿਹਾ ਵੀ ਕੁਛ ਖਾ ਪੀ ਲਵਾਂ ਹੈ ਨਾ, ਤੁਹਾਨੂੰ ਪਤਾ ਫਿਰ ਵੀ ਜਦ ਤੱਕ ਕੁਛ ਖਾਧਾ ਪੀਤਾ ਨਾ ਹੋਵੇ ਅਤੇ ਗੱਲ ਨਹੀਂ ਬਣਦੀ। ਮੈਂ ਸੋਚਦਾ ਕੀ ਖਾਵਾਂ ਕੀ ਖਾਵਾਂ, ਫਿਰ ਮੈਂ ਕਿਹਾ ਚੱਲ ਦੇਖਦੇ ਹਾਂ, ਲਿਆਉਂਦੇ ਹਾਂ ਰੋਟੀ ਲੈ ਕੇ ਆਉਂਦੇ ਹਾਂ ਕੁਛ ਹੈ ਨਾ। ਅਤੇ ਫਿਰ ਮੈਂ ਅੱਜ, ਕਿਉਂਕਿ ਉਦੋਂ ਦਾ ਫੋਨ ਆਇਆ, ਕਾਫੀ ਟਾਈਮ ਹੋ ਗਿਆ ਦੋਸਤੋ, ਤੁਹਾਨੂੰ ਦੱਸਿਆ ਨਾ ਉਦੋਂ ਸਵੇਰੇ ਜਦੋਂ ਮੈਂ ਉੱਠਿਆ ਮੋਰਨਿੰਗ, ਉਸ ਤੋਂ ਬਾਅਦ 11-12 ਵਜੇ ਮੇਰੇ ਨੂੰ ਫੋਨ ਆਇਆ, ਪਰ ਉਦੋਂ ਮੈਂ ਚੱਕਿਆ ਨਹੀਂ ਹੈਗਾ, ਅਤੇ ਬਾਅਦ 'ਚੋਂ ਨਹੀਂ ਆਇਆ। ਮੈਂ ਥੋੜ੍ਹਾ ਫਿਰ ਮੈਨੂੰ ਵੀ ਗੁੱਸਾ ਸੀਗਾ, ਮੈਂ ਕਿਹਾ ਚੱਕਣਾ ਹੀ ਨਹੀਂ ਫੋਨ, ਠੀਕ ਆ, ਕੱਲ੍ਹ ਰੋਕਦੀ ਵੀ ਸੀ ਮੈਨੂੰ, ਅਤੇ ਪਰ ਫਿਰ ਹੁਣ ਦੇਖਦੇ ਹਾਂ ਵੀ ਉਹਦਾ ਮੈਂ ਕੈਮਰਾ ਦੇਖਦਾ ਜਾਂ ਵੀ ਕੈਮਰਾ ਔਨ ਕਰਕੇ ਵੀ ਠੀਕ ਆ ਕਿੱਦਾਂ ਆ, ਯਾਨੀ ਕਿ ਸਾਰਾ ਦੇਖਦਾ, ਅਤੇ ਕਿਉਂਕਿ ਫਿਰ ਵੀ ਫਿਕਰ ਤਾਂ ਹੋ ਹੀ ਜਾਂਦੀ ਆ ਹੈ ਨਾ, ਟੈਨਸ਼ਨ ਵੀ ਰਹਿੰਦੀ ਆ ਵੀ ਯਾਰ ਠੀਕ, ਯਾਨੀ ਕਿ ਵੀ ਠੀਕ ਠਾਕ ਹੋਵੇ, ਭਾਵੇਂ ਲੜਾਈ ਕਰਕੇ ਆਏ ਹਾਂ ਪਰ ਦਿਲ 'ਚ ਤਾਂ ਇਹੀ ਆ ਵੀ ਉਹ ਜਿੱਥੇ ਵੀ ਹੋਵੇ ਖੁਸ਼ ਹੋਵੇ ਰਾਜੀ ਹੋਵੇ ਹੈ ਨਾ। ਸੋ ਦਿਲ ਗੁੱਸਾ ਹੈਗਾ ਆ ਪਰ ਦਿਲ 'ਚ ਨਫ਼ਰਤ ਨਹੀਂ ਯਾਨੀ ਕਿ ਹੁੰਦੀ ਹੈ ਨਾ, ਹਸਬੈਂਡ ਵਾਈਫ ਦੇ ਹਰੇਕ ਦੇ ਦੇ ਹੁੰਦਾ। ਅਤੇ ਪਰ ਹੁਣ ਮੈਂ ਚੱਲਦਾ ਆ, ਪਹਿਲਾਂ ਰੋਟੀ ਖਾ ਲਵਾਂ ਦੋਸਤੋ, ਫਿਰ ਗੱਲ ਕਰਦਾ, ਮੈਨੂੰ ਭੁੱਖ ਬਹੁਤ ਲੱਗੀ ਹੈ, ਚਲੋ ਚੱਲਦੇ ਹਾਂ ਬਸ ਲੈ ਕੇ ਆਉਂਦਾ। ਸੋ ਹਾਂਜੀ, ਇਹ ਰਸਤੇ ਵੀ, ਇਹ ਸੜਕਾਂ ਵੀ ਹੈ ਨਾ, ਸ਼ਹਿਰ ਵੀ ਉਦੋਂ ਹੀ ਚੰਗੇ ਲੱਗਦੇ ਆ ਜਦੋਂ ਬੰਦਾ ਖੁਸ਼ ਹੋਵੇ ਅਤੇ ਚੜ੍ਹਦੀ ਕਲਾ 'ਚ ਹੋਵੇ, ਘਰ ਵਿੱਚ ਸੁੱਖ ਸ਼ਾਂਤੀ ਹੋਵੇ। ਜਦੋਂ ਘਰ ਵਿੱਚ ਸੁੱਖ ਸ਼ਾਂਤੀ ਨਾ ਹੋਵੇ ਫਿਰ ਕੁਛ ਚੰਗਾ ਨਹੀਂ ਲੱਗਦਾ ਦੋਸਤੋ। ਸੋ ਇਹ ਸੜਕਾਂ ਵੀ ਜਿਹੜੀ ਆ ਨਾ, ਉਸ ਟਾਈਮ ਇਹ ਰੌਣਕ ਜਿਹੜੀ ਆ ਇਹ ਚੰਗੀ ਨਹੀਂ ਲੱਗਦੀ, ਉਸ ਟਾਈਮ ਇਹ ਰੌਣਕ ਵੀ ਆ ਦਸ ਵਿੱਚ ਬਦਲ ਜਾਂਦੀ ਆ।
ਦੇਖੋ ਬੰਦੇ ਦਾ ਮਨ ਭਟਕਦਾ ਰਹਿੰਦਾ ਦੋਸਤੋ, ਮੈਂ ਤੁਹਾਨੂੰ ਦੱਸਿਆ ਨਾ, ਕਿਉਂਕਿ ਬੰਦਾ ਸੋਚਦਾ ਰਹਿੰਦਾ ਕੀ ਕਰੀਏ ਕੀ ਕਰੀਏ। ਇਸ ਕਰਕੇ ਹੁਣ ਮੈਂ ਤੁਹਾਨੂੰ ਦੱਸਦਾ, ਮੈਂ ਸੋਚਿਆ, ਮੈਂ ਫੈਸਲਾ ਲਿਆ, ਮੈਂ ਕਿਹਾ ਯਾਰ ਵਿਹਲਿਆਂ ਦਾ ਵੀ ਕੁਛ ਨਹੀਂ, ਮੈਂ ਕੰਮ 'ਤੇ ਸ਼ੁਰੂ ਕਰ ਦੇਣਾ, ਯਾਨੀ ਕਿ ਮੈਂ ਠੋਕ ਕੇ ਕੰਮ ਕਰਾਂ ਉਹੀ, ਹੈ ਨਾ, ਅੱਜ ਪਾਈਏ ਯਾਨੀ ਕਿ ਇਨਕਮ ਮੋਟੀ ਕਰੀਏ ਅੱਜ, ਕਿਉਂਕਿ ਫੈਸਟੀਵਲ ਚੱਲਦੇ ਆ, ਨਾਲੇ ਧਿਆਨ ਕੰਮ ਵੱਲ ਲੱਗ ਜੂ, ਐਵੇਂ ਟੈਨਸ਼ਨ ਜਿਹੀ ਹੋਈ ਜਾਂਦੀ ਯਾਨੀ ਕਿ ਵੀ ਉੱਧਰ ਧਿਆਨ ਜਾਈ ਜਾਂਦਾ। ਬਾਕੀ ਦੇਖਦਾ ਹੁਣ ਮੈਂ ਕੈਮਰੇ ਚੈੱਕ ਕਰਦਾ ਰੁਪਿੰਦਰ ਕਿੱਦਾਂ ਠੀਕ ਠਾਕ ਆ, ਕਿਉਂਕਿ ਉਹਦਾ ਮੈਨੂੰ ਬਿਲਕੁਲ ਫੋਨ ਫਾਨ ਨਹੀਂ ਆਇਆ ਹੈਗਾ, ਨਾ ਕੋਈ ਯਾਨੀ ਕਿ ਕੈਮਰੇ ਚੈੱਕ ਕਰਦਾ, ਦੇਖਦਾ ਵੀ ਕੀ ਕਰਦੀ ਆ ਦੋਸਤੋ। ਬਾਕੀ ਹੁਣ ਕੰਮ ਕਰ ਲਈਏ ਆਪਾਂ ਦੋਸਤੋ, ਮੈਂ ਹੁਣ ਇਹੀ ਫੈਸਲਾ ਲਿਆ ਆ, ਅਤੇ ਪੂਰੀ ਨਾਈਟ ਹੁਣ ਕੰਮ 'ਤੇ ਲਾਉਣੀ ਆ, ਤਾਂ ਸਵੇਰ ਨੂੰ ਮੈਂ ਘਰ ਜਾਣਾ, ਠੀਕ ਆ। ਸੋ ਲਓ ਵੀ ਦੋਸਤੋ, ਆਹ ਆਪਣਾ ਔਡਰ ਫੜਿਆ ਹੋਇਆ, ਠੀਕ ਆ। ਸੋ ਮੇਰਾ ਔਡਰ ਪੈ ਗਿਆ ਇੱਧਰ ਨਯਾ ਗਾਓਂ ਦੇ ਵਿੱਚ, ਅਤੇ ਸੋ ਮੈਂ ਚੱਲਾ ਆ ਇੱਧਰ ਦੇਣ ਦਸ਼ਮੇਸ਼ ਨਗਰ ਦੇ ਵਿੱਚ, ਅਤੇ ਹੁਣ ਬਸ ਇਸ ਤੋਂ ਬਾਅਦ ਅਗਲਾ ਦੂਜਾ ਔਡਰ ਲਾਉਣਾ ਆ, ਅਤੇ ਕਿਉਂਕਿ ਵਧੀਆ ਰਹਿੰਦਾ ਯਾਨੀ ਕਿ ਜੇ ਇੱਦਾਂ ਆਈ ਜਾਵੇ, ਪਰ ਇੱਥੇ ਲਾਗੇ ਲਾਗੇ ਔਡਰ ਯਾਨੀ ਕਿ ਆਈ ਜਾਂਦੇ ਆ ਫੈਸਟੀਵਲਸ ਕਰਕੇ ਯਾਨੀ ਕਿ, ਅਤੇ ਛੇਤੀ ਛੇਤੀ ਮਿਲੇ ਜਾਂਦੇ ਆ, ਅਤੇ ਇਸੇ ਕਰਕੇ ਮੈਂ ਕਿਹਾ ਆਪਾਂ ਆਪਣਾ ਕੰਮ ਕਰਦੇ ਹਾਂ, ਵਧੀਆ ਆ। ਸੋ ਚਲੋ ਆ ਜਾਓ ਹੁਣ ਕੰਮ ਕਰਦੇ ਹਾਂ, ਠੀਕ ਆ। ਫਿਰ ਆਪਾਂ ਹੁਣ ਇੱਥੇ ਵਲੌਗ ਦਾ ਐਂਡ ਕਰਦੇ ਹਾਂ। ਸੋ ਸਤਿ ਸ਼੍ਰੀ ਅਕਾਲ ਜੀ।